ਸਵਰਾਜ ਅਭਿਆਨ ਦੇ ਮੁਖੀ ਤੇ ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਯੋਗਿੰਦਰ ਯਾਦਵ ਨੇ ਕਿਹਾ ਹੈ ਕਿ ਉਹ ਪੰਜਾਬ ਲਈ ਕਿਸੇ ਵੀ ਨਵੀਂ ਪਾਰਟੀ ਦਾ ਗਠਨ ਨਹੀਂ ਕਰਨਗੇ। ਉਹਨਾਂ ਨੇ ਪਿਛਲੇ ਸਮੇਂ ਮੀਡੀਆ ਵਿੱਚ ਨਵੀਂ ਪਾਰਟੀ ਬਣਾਉਣ ਬਾਰੇ ਆਈਆਂ ਰਿਪੋਰਟਾਂ ਨੂੰ ਰੱਦ ਕੀਤਾ। ਉਹਨਾਂ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਬਾਰੇ ਕਿਹਾ ਕਿ ਇਸ ਬਾਰੇ ਉਹ ਹਾਲੇ ਕੁਝ ਵੀ ਨਹੀਂ ਕਹਿਣਾ ਠੀਕ ਸਮਝਦੇ, ਕਿਉਂਕਿ ਇਸ ਵੇਲੇ ਸਭ ਤੋਂ ਅਹਿਮ ਇਹ ਹੈ ਕਿ ਖਡੂਰ ਸਾਹਿਬ ਦੀਆਂ ਚੋਣਾਂ ਵਿੱਚ ਆਪਣੇ ਉਮੀਦਵਾਰ ਨੂੰ ਜਿਤਾ ਕੇ ਲੋਕਾਂ ਦਾ ਵਿਸ਼ਵਾਸ ਅਤੇ ਜਿੱਤ ਹਾਸਲ ਕਰਨੀ। ਉਹਨਾਂ ਕਿਹਾ ਕਿ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਪੰਜਾਬ ਵਿੱਚ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੀ ਨੀਂਹ ਰੱਖੇਗੀ। ਉਹਨਾਂ ਕਿਹਾ ਕਿ ਇਹ ਚੋਣ ਪੰਜਾਬ ਨੂੰ ਇੱਕ ਨਵਾਂ ਰਾਹ ਵਿਖਾਏਗੀ। ਯਾਦਵ ਅੱਜ ਖਡੂਰ ਸਾਹਿਬ ਵਿਧਾਨ ਸਭਾ ਤੋਂ ਚੋਣ ਲੜਨ ਵਾਲੇ ਭਾਈ ਬਲਦੀਪ ਸਿੰਘ ਨਾਲ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਸਨ। ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਡੂਰ ਸਾਹਿਬ ਦੀ ਚੋਣ ਹੀ ਤੈਅ ਕਰੇਗੀ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਹਨ ਅਤੇ ਉਹ 2017 ਵਿੱਚ ਕਿਸ ਪਾਰਟੀ ਨੂੰ ਪੰਜਾਬ ਦੀ ਕਮਾਨ ਦੇਣਾ ਚਾਹੁੰਗੇ। ਯਾਦਵ ਨੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਨਫ਼ਰਤ ਕਰ ਰਹੇ ਹਨ, ਇਸ ਤੋਂ ਸਾਫ਼ ਹੈ ਕਿ ਲੋਕ ਨਵੇਂ ਬਦਲ ਦੀ ਉਡੀਕ ਵਿੱਚ ਹਨ। ਉਹਨਾਂ ਕਿਹਾ ਕਿ ਅੱਜ ਵੀ ਲੋਕ ਧਰਮਵੀਰ ਗਾਂਧੀ ਵਰਗੇ ਲੀਡਰਾਂ ਨੂੰ ਆਪਣਾ ਸਾਫ਼ ਸੁਥਰਾ ਅਤੇ ਇਮਾਨਦਾਰ ਨੇਤਾ ਮੰਨਦੇ ਹਨ, ਜੋ ਬੜੀ ਹੀ ਖੁਸ਼ੀ ਵਾਲੀ ਗੱਲ ਹੈ। ਖਡੂਰ ਸਾਹਿਬ ਦਾ ਇਲੈਕਸ਼ਨ ਸਿਰਫ ਖਡੂਰ ਸਾਹਿਬ ਦੀ ਚੋਣ ਨਹੀਂ ਹੈਗੀ, ਇਹ ਪੂਰੇ ਪੰਜਾਬ ਦੇ ਲਈ ਇੱਕ ਨਵਾਂ ਰਾਸਤਾ ਦਿਖਾਉਣ ਦੀ ਚੋਣ ਹੈਗੀ ਹੈ। ਐਸੇ ਹੀ ਭਾਈ ਬਲਦੀਪ ਸਿੰਘ, ਜੋ ਖਡੂਰ ਸਾਹਿਬ ਦੇ ਕਈ ਸੰਗਠਨਾਂ ਕਈ ਜਨ ਸੰਗਠਨਾਂ ਦੇ ਉਮੀਦਵਾਰ ਨੇ, ਸਵਰਾਜ ਲਹਿਰ ਵੱਲੋਂ ਅਤੇ ਪੰਜਾਬ ਦੇ ਕਈ ਹੋਰ ਸੰਗਠਨ ਮਿਲ ਕੇ ਭਾਈ ਬਲਦੀਪ ਨੂੰ ਪੂਰਾ ਸਪੋਰਟ ਕਰ ਰਹੇ ਨੇ, ਉਮੀਦ ਲਈ ਕਿ ਇਸ ਇਲੈਕਸ਼ਨ ਤੋਂ ਪੂਰੇ ਪੰਜਾਬ ਲਈ ਇੱਕ ਨਵੀਂ ਰਾਹ ਨਿਕਲੇਗੀ। ਪੰਜਾਬ ਦੇ ਲੋਕ, ਜੇ ਅੱਜ ਪੰਜਾਬ ਦਾ ਰਾਹ ਹੈਗਾ ਅਕਾਲੀ ਬੀਜੇਪੀ ਦੇ ਜਿਹੜੀ ਰੂਲਿੰਗ ਪਾਰਟੀ ਹੈਗੀ ਹੈ, ਉਹ ਸਿਰਫ ਅਨਪੋਪੂਲਰ ਹੀ ਨਹੀਂ, ਅਨਪੋਪੂਲਰ ਸਰਕਾਰਾਂ ਮੈਂ ਬਹੁਤ ਵੇਖੀਆਂ ਨੇ, ਇਸ ਤਰ੍ਹਾਂ ਦੀ ਸਰਕਾਰ ਨਹੀਂ ਵੀ ਜਿਹਨੂੰ ਲੋਕ ਇਸ ਤਰ੍ਹਾਂ ਨਫ਼ਰਤ ਕਰਦੇ ਹੋਣ। ਇਹ ਸਰਕਾਰ ਨੂੰ ਕਿਸੇ ਤਰ੍ਹਾਂ ਖਤਮ ਕਰਨਾ ਅਤੇ ਇਹਦੇ ਬਦਲੇ ਇੱਕ ਸੱਚਾ ਵਿਕਲਪ ਖੜ੍ਹਾ ਕਰਨਾ ਪੰਜਾਬ ਦੀ ਅੱਜ ਦੀ ਮੰਗ ਹੈਗੀ, ਅੱਜ ਦੀ ਲੋੜ ਹੈ। ਅਤੇ ਮੇਰੀ ਪੂਰੀ ਉਮੀਦ ਹੈ ਕਿ ਖਡੂਰ ਸਾਹਿਬ ਦਾ ਇਲੈਕਸ਼ਨ ਪੂਰੇ ਪੰਜਾਬ ਨੂੰ ਇੱਕ ਨਵਾਂ ਰਸਤਾ ਦਿਖਾਏਗਾ। ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਪੰਜਾਬ ਨੂੰ ਇੱਕ ਨਵੇਂ ਵਿਕਲਪ ਦੀ ਲੋੜ ਹੈ। ਅਸੀਂ ਇਹ ਵੀ ਕਹਿ ਚੁੱਕੇ ਹਾਂ ਕਿ ਡਾਕਟਰ ਧਰਮਵੀਰ ਗਾਂਧੀ ਤਰ੍ਹਾਂ ਦੇ ਜਿਹੜੇ ਲੀਡਰ ਨੇ, ਪੰਜਾਬ ਉਹਨਾਂ ਨੂੰ ਆਗੂ ਮੰਨਦਾ ਹੈ, ਪੰਜਾਬ ਦੇ ਲੋਕ ਸਾਡੇ ਸੰਗਠਨ ਦੇ ਲੋਕ ਉਹਨਾਂ ਦੀ ਲੀਡਰਸ਼ਿਪ ਦੇ ਥੱਲੇ ਕੰਮ ਕਰਾਉਣਾ ਚਾਹੁੰਦੇ ਨੇ, ਅਤੇ ਪੂਰੇ ਪੰਜਾਬ 'ਚ ਕਿਸ ਤਰ੍ਹਾਂ ਦਾ ਇੱਕ ਨਵਾਂ ਸੱਚਾ ਆਲਟਰਨੇਟਿਵ ਕ੍ਰੀਏਟ ਕੀਤਾ ਜਾ ਸਕੇ, ਇਹ ਸਾਡੀ ਕੋਸ਼ਿਸ਼ ਰਹੇਗੀ। ਲੇਕਿਨ ਜੇ ਖਬਰ ਇਸ ਤਰ੍ਹਾਂ ਦੀ ਬਣੀ ਕਿ ਅਸੀਂ ਪੰਜਾਬ ਵਾਸਤੇ ਕੋਈ ਨਵੀਂ ਪਾਰਟੀ ਬਣਾਉਣ ਵਾਲੇ ਹਾਂ, ਉਹ ਗੱਲ ਸੱਚ ਨਹੀਂ ਹੈ। ਖਡੂਰ ਸਾਹਿਬ ਵਿਧਾਨ ਸਭਾ ਚੋਣ ਲਈ ਮੈਦਾਨ ਵਿੱਚ ਉਤਰੇ ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਭਾਈ ਬਲਦੀਪ ਸਿੰਘ ਨੇ ਕਿਹਾ ਕਿ ਅਕਾਲੀ ਦਲ ਇਹ ਚੋਣ ਉਦੋਂ ਹੀ ਹਾਰ ਚੁੱਕਾ ਸੀ ਜਦੋਂ ਉਹਨਾਂ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਨਾਮ ਦਾ ਐਲਾਨ ਕੀਤਾ ਸੀ। ਉਹਨਾਂ ਕਿਹਾ ਕਿ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਕੋਲ ਲੀਡਰਾਂ ਦੀ ਘਾਟ ਹੈ ਅਤੇ ਇਸ ਲਈ ਉਹਨਾਂ ਨੇ ਉੱਥੋਂ ਦੇ ਮੌਜੂਦਾ ਸਾਂਸਦ ਦੇ ਬੇਟੇ ਨੂੰ ਮੈਦਾਨ ਵਿੱਚ ਉਤਾਰਿਆ ਹੈ। ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਸਿੱਕੀ ਵੱਲੋਂ ਅਸਤੀਫਾ ਦੇਣਾ ਸ਼ਲਾਘਾਯੋਗ ਕਦਮ ਸੀ, ਪਰ ਕਾਂਗਰਸ ਨੂੰ ਚਾਹੀਦਾ ਸੀ ਕਿ ਉਹ 2017 ਦੀਆਂ ਚੋਣਾਂ ਤੱਕ ਵਿਧਾਨ ਸਭਾ ਚੋਣਾਂ ਵਿੱਚੋਂ ਬਾਹਰ ਹੋ ਕੇ ਅਕਾਲੀ ਦਲ ਖਿਲਾਫ਼ ਲੜਾਈ ਲੜੇ। ਪਹਿਲੀ ਸਫਲਤਾ ਤਾਂ ਕੱਲ੍ਹ ਹੋ ਗਈ ਹੈ ਜਦੋਂ ਰਣਜੀਤ ਸਿੰਘ ਬ੍ਰਹਮਪੁਰਾ ਉਹਨਾਂ ਦੇ ਬੇਟੇ ਨੂੰ ਉਮੀਦਵਾਰ ਵਜੋਂ ਥਾਪਿਆ ਹੈ, ਅਸੀਂ ਪਹਿਲੀ ਜਿੱਤ ਹੋ ਗਈ ਹੈ, ਅਕਾਲੀ ਦਲ ਦੀ ਹਾਰ ਹੋ ਗਈ ਹੈ। ਉਹਨਾਂ ਨੇ ਸਾਬਿਤ ਕਰਦਾ ਕਿ ਉਹਨਾਂ ਕੋਲ ਲੀਡਰਸ਼ਿਪ ਦੀ ਕੋਈ ਉਹਨਾਂ ਕੋਲ ਹੈ ਹੀ ਨਹੀਂ। ਜੇ ਪਿਓ ਹੈ ਤਾਂ ਪੁੱਤਰ ਹੈ, ਪਿਓ ਹੈ ਤਾਂ ਧੀ ਹੈ ਜਾਂ ਭੈਣ ਹੈ, ਉਹ ਰਿਸ਼ਤੇਦਾਰੀਆਂ 'ਚੋਂ ਅੰਗਣੇ ਮੰਦ। ਇਹ ਪਹਿਲੀ ਹਾਰ ਉਹਨਾਂ ਨੇ ਕਬੂਲ ਕਰ ਲਈ ਹੈ ਕਿ ਉਹਨਾਂ ਦੀ ਕੋਈ ਇਮੈਜੀਨੇਸ਼ਨ ਹੀ ਹੈ ਨਹੀਂ ਗੀ। ਉਹਨਾਂ ਦੇ ਉਸ ਰੋਸ ਵਜੋਂ ਉਹਨਾਂ ਨੇ ਅਸਤੀਫਾ ਦਿੱਤਾ ਸੀ, ਪਾਰਟੀ ਦਾ ਫੈਸਲਾ ਨਹੀਂ ਸੀ ਸੁਣਨ ਚਾਹੁੰਦਾ। ਮੇਰੀ ਤਾਂ ਰਾਏ ਹੋਏਗੀ, ਕਾਂਗਰਸ ਨੂੰ ਚਾਹੀਦਾ ਹੈ ਕਿ ਉਹ ਵਿਧਾਨ ਸਭਾ ਤੋਂ ਬਾਹਰ ਰਹਿ ਕੇ 2017 ਦੀ ਚੋਣਾਂ ਤੱਕ ਉਹ ਜਿਹੜਾ ਪ੍ਰਣ ਸ਼ੁਰੂ ਕੀਤਾ ਸੀ ਪ੍ਰੋਟੈਸਟ ਦਾ, ਰੋਸ ਦਾ, ਉਹ ਜਾਰੀ ਕਰਨਾ ਚਾਹੀਦਾ। ਇਹ ਵਿੱਚੇ ਨਾ ਰਹਿ ਜੇ ਗੱਲ ਕਿ ਅਸਤੀਫਾ ਦਿੱਤਾ ਅਤੇ ਫਿਰ ਲੜਨ ਆ ਗਏ, ਅਤੇ ਉਹ ਗੱਲ ਹੀ ਵਿੱਚੇ ਰਹਿ ਗਈ। ਅੰਮ੍ਰਿਤਸਰ ਤੋਂ ਡਾਕਟਰ ਰਜਿੰਦਰ ਸਿੰਘ ਦੀ ਰਿਪੋਰਟ, ਪੰਜ ਆਪ ਟੂਡੇ।